ਸਭ ਤੋਂ ਪਹਿਲਾਂ ਤਾਂ ਮੈਂ ਡੁੱਗਰ ਏਕਤਾ ਜਿੰਦਾਬਾਦ ਅਤੇ ਜਿਹੜਾ ਅੱਜ ਅਸ ਡੋਗਰਾ ਆਪਣੇ ਆਪ ਹੀ ਕਹਿ ਖੁਆਉਂਦੇ ਹੁੰਦੇ ਹਾਂ, ਇਹ ਮਹਾਰਾਜ ਗੁਲਾਬ ਸਿੰਘ ਹੁਣ ਦੀ ਦੇਣ ਹੈ ਅਤੇ ਅੱਜ ਉਹਦਾ 202 ਰਾਜ ਤਿਲਕ ਜਿਹੜਾ ਦਿਵਸ ਹੈ ਅਤੇ ਅਸੀਂ ਯੁਵਾ ਰਾਜਪੂਤ ਸਭਾ ਦੀ ਸਾਰੀ ਟੀਮ ਜਿਹੀਆਂ ਹਰ ਸਾਲ ਇੱਥੇ ਆਉਂਦੀ ਹੈ, ਇਸ ਸਾਲ ਵੀ ਆਈ ਹੈ ਔਰ ਬੜੀ ਧੂਮਧਾਮ ਕਰਨਾ ਢੋਲ ਬਾਜੇ ਕਰਨਾ ਜਿਹੜਾ ਅਸ ਸਵਾਗਤ ਕਰਨੇ ਹੁੰਦੇ ਹਾਂ ਔਰ ਮਹਾਰਾਜਾ ਜਿਹੜਾ ਗੁਲਾਬ ਸਿੰਘ ਉਹਦਾ ਦਿਨ ਜਿਹੜਾ ਮਨਾਉਂਦੇ ਹੁੰਦੇ ਹਾਂ। ਅਤੇ ਸਭ ਤੋਂ ਪਹਿਲਾਂ ਤਾਂ ਅਖਨੂਰ ਦੀ ਪਾਵਨ ਧਰਤੀ ਪਰ ਜਿਹੜਾ ਰਾਜ ਤਿਲਕ ਸਮਾਰੋਹ ਹੋਏਗਾ ਮਹਾਰਾਜਾ ਗੁਲਾਬ ਸਿੰਘ ਹੁੰਦਾ, ਸਭ ਤੋਂ ਪਹਿਲਾਂ ਮੈਂ ਸਾਰੇ ਅਖਨੂਰ ਵਾਸੀਆਂ ਨੂੰ ਬੜੀ ਬੜੀ ਮੁਬਾਰਕਬਾਦ ਦਿੰਦਾ ਅਤੇ ਸਾਰੇ ਹੀ ਆਖਣ ਕਿ ਅੱਜ ਦਾ ਦਿਹਾੜਾ ਸਾਡੇ ਵਾਸਤੇ ਜਿਹੜਾ ਬੜਾ ਧੂਮਧਾਮ ਵਾਲਾ ਔਰ ਸਾਰੇ ਲੋਕ ਇੱਥੇ ਬੜੀ ਚੜੀਆ ਆਉਣਾ ਚਾਹੀਦਾ, ਲੇਕਿਨ ਮੈਨੂੰ ਲੱਗਦਾ ਨਹੀਂ ਕਿ ਇੰਨੇ ਬੜੀ ਚੜੀਏ ਲੋਕ ਆਏ ਦਿਨ ਹੈ। ਜਿੰਦੀ ਦੇਣ ਅਸੀਂਗੀ ਇਹ ਜੰਮੂ ਕਸ਼ਮੀਰ ਅਤੇ ਡੋਗਰਾ ਸਮਾਜ ਅਤੇ ਅੱਜ ਅਸੀਂਗੀ ਉਹ ਕਿਹੜਾ ਮਤਲਬ ਡੋਗਰਾ ਅਸੀਂ ਬੜੀ ਚੜੀਆ ਲੱਭਾ ਲੈ ਨਹੀਂ ਇੱਥੇ, ਅਸ ਆਖੀਏ ਕਿ ਸਾਡੇ ਵਿੱਚ ਕਮੀਆਂ ਨੇ, ਇਹ ਕਮੀਆਂ ਗੀ ਅਸੀਂ ਦੂਰ ਕਰਨਾ ਚਾਹੀਦਾ ਔਰ ਸਿੱਖ ਲੈਣੀ ਚਾਹੀਦੀ ਹੈ ਦੂਜੇ ਸਮਾਜ ਕੋਲੋਂ ਵੀ, ਲੇਕਿਨ ਸਾਡਾ ਜਿਹੜਾ ਮੈਨੂੰ ਲੱਗਾ ਜੰਮੂ ਕਸ਼ਮੀਰ ਦਾ ਜਿਹੜਾ ਡੋਗਰਾ ਹੈ ਉਹ ਬੱਲੇ ਬੱਲੇ ਆਪਣਾ ਕਲਚਰ ਭੁੱਲਦਾ ਜਾ ਰਿਹਾ, ਆਪਣੀ ਸੰਸਕ੍ਰਿਤੀ ਭੁੱਲਦਾ ਜਾ ਰਿਹਾ। ਅੱਜ ਸਭ ਤੋਂ ਪਹਿਲੇ ਮੈਂ ਪੂਰੇ ਡੋਗਰਾ ਸਮਾਜ ਨੂੰ ਔਰ ਪੂਰੇ ਦੇਸ਼ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ। ਅੱਜ ਦਾ ਦਿਨ ਮਹਾਰਾਜਾ ਗੁਲਾਬ ਸਿੰਘ ਜੀ 202 ਸਾਲ ਪਹਿਲੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਤਿਲਕ ਦੇਈ ਹੈ, ਇੱਕ ਨਵੀਂ ਸਟੇਟ ਦੀ ਨੀਂਹ ਰੱਖੀ ਔਰ ਐਸੀ ਸਟੇਟ ਐਸੀ ਰਿਆਸਤ ਪੂਰੀ ਦੁਨੀਆ ਦੀ ਤਾਰੀਖ ਦੇ ਵਿੱਚ ਕੋਈ ਦੂਜੀ ਜਗ੍ਹਾ ਨਹੀਂ ਹੈ। ਐਸੀ ਅਦਭੁਤ ਰਿਆਸਤ ਹੈ ਜਿਹਦੇ ਅਲੱਗ ਅਲੱਗ ਖਿੱਤੇ ਨੇ, ਅਲੱਗ ਅਲੱਗ ਖਿੱਤੇ ਦੇ ਅਲੱਗ ਅਲੱਗ ਮੌਸਮ ਨੇ, ਅਲੱਗ ਅਲੱਗ ਭਾਸ਼ਾ ਨੇ, ਅਲੱਗ ਅਲੱਗ ਪਹਿਰਾਵੇ ਨੇ ਔਰ ਅਲੱਗ ਅਲੱਗ ਉਹਦਾ ਰਹਿਣ ਸਹਿਣ ਹੈ, ਲੇਕਿਨ ਫਿਰ ਵੀ ਇਹ ਗੁਲਦਸਤੇ ਦੀ ਤਰ੍ਹਾਂ ਇਕੱਠੇ ਨੇ। ਇਸ ਇਹਦੀ ਨੀਂਹ ਅੱਜ ਦਾ ਦਿਨ ਰੱਖੀ ਗਈ। ਇਸ ਮੌਕੇ ਦੇ ਉੱਪਰ ਮੈਂ ਆਪਣੀ ਸ਼ੁਭਕਾਮਨਾ ਦਿੰਦਾ ਇੱਕ ਡੋਗਰਾ ਸੰਸਦ ਸਭਾ ਦੇ ਪ੍ਰੈਜੀਡੈਂਟ ਨੂੰ ਨਾਤੇ ਔਰ ਮੁਬਾਰਕਬਾਦ ਦਿੰਦਾ। ਔਰ ਅੱਜ ਦਾ ਦਿਨ ਜਿਹੜਾ ਹੈ ਇਹ ਇੱਕ ਤਾਰੀਖ ਦੇ ਵਿੱਚ ਬੜਾ ਅਹਿਮ ਸਥਾਨ ਰੱਖਦਾ ਹੈ, ਇਹ ਸਾਰੇ ਹੀ ਪਤਾ ਹੈ। ਸਾਥੀਓ ਤੁਸੀਂ ਪਤਾ ਹੈ ਕਿ ਜਿਹੜੇ ਰਾਜ ਤਿਲਕ ਮਹਾਰਾਜਾ ਰਣਜੀਤ ਸਿੰਘ ਨੇ ਰਾਜਾ ਗੁਲਾਬ ਸਿੰਘ ਜੀ ਦਿੱਤਾ ਤਾਂ ਤਿਲਕ ਉੱਪਰਾਂ ਦਾ ਥੱਲੇ ਹੀ ਲਗਾਇਆ, ਮੱਥੇ ਪਰ ਇਹ ਸੁਨੇਹਾ ਦਿੱਤਾ ਕਿ ਇਸ ਰਾਜ ਦੀਆਂ ਜੜ੍ਹਾਂ ਜਿਹੜੀਆਂ ਉਹ ਜ਼ਮੀਨ ਦੇ ਵਿੱਚ ਹੋਣ। ਅੱਜ ਇਸ ਰਾਜ ਦਾ ਕੀ ਹੋਇਆ, ਉਹ ਕਿਤੇ ਪਾਕਿਸਤਾਨ ਦੇ ਵਿੱਚ ਚਲੀ ਹੈ, ਅੱਜ ਜਿਹੜਾ ਜ਼ਬਰਦਸਤੀ ਕਬਜ਼ਾ ਕਿ ਜੰਮੂ ਖਿੱਤੇ ਦੇ ਖਿੱਤੇ ਵਿੱਚ ਇਹ ਸਿਲੇਵੇ ਪਰ ਹੋਇਆ, ਉਸ ਤੋਂ ਦੇਖਿਆ ਜੋ ਕਿ ਉੱਥੇ ਹਾਲ ਹੈ ਉਸਲ ਪੁਥਲ ਹੋਇਆ ਦਾ, ਪੂਰੇ ਜੰਮੂ ਕਸ਼ਮੀਰ ਦੇ ਅੰਦਰ ਅਜੀਬ ਕਿਸਮ ਦੇ ਹਾਲਾਤ ਪਾਕਿਸਤਾਨ ਦੀ ਅੱਛੀ ਨਜ਼ਰ ਨਹੀਂ ਹੋਣ ਦੀ ਵਜ੍ਹਾ ਕਰਨ ਬਣੇ ਦਿਨ। ਇਸ ਵੇਲੇ ਅੱਜ ਚਿੰਤਾ ਹੈ, ਅੱਜ ਅਸੀਂ ਜਿਹੜੇ ਵੀ ਹੁੰਦੇ ਅਨੁਯਾਈ ਹਾਂ, ਜਿਹੜੇ ਇਸ ਰਿਆਸਤ ਦੇ ਬਾਸ਼ਿੰਦੇ ਹਾਂ, ਚਾਹੇ ਜੰਮੂ ਹੈ, ਕਸ਼ਮੀਰ ਹੈ, ਲੱਦਾਖ ਹੈ, ਚਾਹੇ ਉਹ ਕਿਤੇ ਜਿਹੜੇ ਉਸ ਸਾਈਡ ਹੈ ਉਹ ਨਾ, ਉਹਦੇ ਇੱਕ ਬੜੀ ਜ਼ਿੰਮੇਵਾਰੀ ਬਣਦੀ ਹੈ ਔਰ ਇਹਨਾਂ ਕੀ ਯਾਦ ਕਰਨਾ ਇਸ ਮੌਕੇ ਦੇ ਉੱਪਰ। ਖਾਸ ਕਰ ਮੈਂ ਇੱਥੇ ਦੀ ਕਮੇਟੀ ਮੁਬਾਰਕਬਾਦ ਦਿੰਦਾ ਕਿ ਉਹਨੇ ਇਹ ਕੰਮ ਸ਼ੁਰੂ ਕੀਤਾ। ਇਸੇ ਯਾਦ ਕਰਨਾ ਇਸ ਵਾਸਤੇ ਨਹੀਂ ਹੈ ਕਿਹੜੀ ਕੁਛ ਮਿਲਣੇ ਵਾਲਾ, ਇਸ ਵਾਸਤੇ ਕਿ ਪ੍ਰੇਰਨਾ ਦਾ ਸਰੋਤ ਹੈ। ਪੂਰੇ ਜੰਮੂ ਕਸ਼ਮੀਰ ਵਾਸੀਆਂ ਨੂੰ ਪਤਾ ਲੱਗਦਾ ਕਿ ਸਾਡੀਆਂ ਜੜ੍ਹਾਂ ਕੁੱਤੇ ਨੇ, ਕਿਸ ਕਿਸਮ ਦੀਆਂ ਜੜ੍ਹਾਂ, ਕਿਸ ਕਿਸਮ ਦਾ ਰਾਜ ਕੀਤਾ ਉਹਨੇ। 100 ਸਾਲ ਜਿਹੜਾ ਡੋਗਰਾ ਰਾਜ ਚੱਲਿਆ ਉਹਦੀ ਇੱਕ ਅਦਭੁਤ ਮਿਸਾਲ, ਦੂਜੀ ਮਿਸਾਲ ਕੁੱਤੇ ਨਹੀਂ ਮਿਲਦੀ। ਇਸ ਵਾਸਤੇ ਅੱਜ ਮੌਕੇ ਦੇ ਉੱਪਰ ਮੈਂ ਸਾਰੇ ਮੁਬਾਰਕਬਾਦ ਦਿੰਦਾ, ਆਰਗਨਾਈਜ਼ਰ ਵੀ ਮੁਬਾਰਕਬਾਦ ਦਿੰਦਾ ਔਰ ਸਾਰੇ ਸਮਾਜ ਵੀ ਮੁਬਾਰਕਬਾਦ ਦਿੱਤਾ ਔਰ ਮੰਗ ਕਰਨਾ ਮੈਂ ਗਵਰਨਮੈਂਟ ਕੋਲਾ ਕਿ ਇਸ ਜਗ੍ਹਾ ਕੀ ਇਹਨੇ ਰੂਟਸ ਕੀ ਮਤ ਭੁੱਲੋ, ਕਿਉਂਕਿ ਇਹ ਤਾਰੀਖ ਦਾ ਇੱਕ ਬੜਾ ਇੰਪਾਰਟੈਂਟ ਹਿੱਸਾ ਨਾ, ਜਿਸ ਦਰਖਤ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਉਹ ਥੋੜ੍ਹੀ ਜਿਹੀ ਹਵਾ ਕਰਨ ਗਿਰੀ ਜਾਂਦਾ, ਇਸ ਦਰਖਤ ਕੀ ਨਹੀਂ ਗਿਰਨ ਦਿਓ,
ਇਹਨੇ ਜਿਹੜੇ ਮਜ਼ਬੂਤ ਰੱਖੋ। ਇਹ ਮੈਂ ਗੌਰਮੈਂਟ ਕੋਲ ਮੰਗ ਕਰਦੇ ਹੋਈ ਡੋਗਰਾ ਸਦਰ ਸਭਾ ਤਰਫਾ ਇਹ ਆਖਾਂ ਕਿ ਬਈ ਅੱਜ ਉਸ ਰਿਆਸਤ ਦੀ ਜਰਕ ਲੱਗੀ ਦੀ ਹੈ, ਅੱਜ ਸਟੇਟ ਦੇ ਬਾਅਦ ਯੂਟੀ ਦਾ ਦਰਜਾ ਦਿੱਤੇ ਦਾ, ਜਿਹੜਾ ਬਰਦਾਸ਼ਤ ਨਹੀਂ ਹੋਦਾ, ਜਿਹੜਾ ਗਲੇ ਜਾ ਨਹੀਂ ਉਤਰਾ ਦਾ। ਅਸ ਮੰਗ ਕਰਨੇ ਆ ਕਿ ਵਾਪਸ ਇਸ ਸਟੇਟ ਦਾ ਦਰਜਾ ਜਿਹੜਾ ਉਹ ਦਿੱਤਾ ਜਾ। ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਮਹਾਰਾਜਾ ਗੁਲਾਬ ਸਿੰਘ ਜੀ ਅਮਰ ਰਹੇ, ਮਹਾਰਾਜਾ ਗੁਲਾਬ ਸਿੰਘ ਜੀ। ਬਹੁਤ ਬਹੁਤ ਸ਼ੁਕਰੀਆ, ਬੜੇ ਸ਼ੂਦੀ, ਬੜੇ ਪ੍ਰੇਮ ਲੜਾ ਕੇ ਫਾਈਟਰ ਤੁਸੀਂ ਆਪਣੇ ਲੈਂਗੁਏਜ ਵਿੱਚ ਉਹ ਰਹੇ ਹੋ। ಸರ್ವೇ ಭವಂತು ಸುಖಿನಃ, ಶಾಂತಿಃ ವನಸ್ಪತಯಃ, ಶಾಂತಿರ್ವಿಶ್ವ ದೇವಾ ಸರ್ವಗುಂ ಶಾಂತಿಃ, ಶಾಂತಿರೇವ ಶಾಂತಿಃ। ਰਾਜ ਤਲਬ ਕਮੇਟੀ ਦੇ ਪ੍ਰਧਾਨ ਚੇਅਰਮੈਨ ਠਾਕੁਰ ਕੇ ਪੀ ਸਿੰਘ ਸਾਹਿਬ ਦੀ ਮੁਬਾਰਕ ਕੌਂਸਲ
ਰਾਜਨ ਸਿੰਘ ਹੈਪੀ, ਸਰਦਾਰ ਬਰਾਦਰੀ ਦੇ ਪ੍ਰਧਾਨ, ਅਖਨੂਰ ਦੇ SDM ਸਾਹਿਬ, ਸਾਰੀ ਮੇਰੀ ਪ੍ਰੀਆ JKS, ਕੁਲਜੀਤ ਸਿੰਘ ਜੀ ਵਾਈਸ ਪ੍ਰੈਜੀਡੈਂਟ ਅੰਮ੍ਰਿਤਸਰ ਦੇ ਰਾਜ ਸਭਾ, ਇੱਕ ਇੱਥੇ ਨਗਰ ਨੀ ਪਵਾਂ ਜੀ ਕੈਪਟਨ ਜਗਤਨ ਸਿੰਘ ਸਾਹਿਬ, ਗੋਲਡ ਮੈਡਲਿਸਟ ਬੈਸਟ ਸ਼ੂਟਰ, ਸਾਰੇ ਕੁਛ ਆਉਂਦੇ ਹੋ ਇਸ ਫੰਕਸ਼ਨ ਦੀ, ਇਸ ਦਿਨ ਦੀ ਮਨਾਉਣ ਦਾ ਮਕਸਦ ਹੈ ਸਾਡੀ ਡੋਗਰੀ ਦੀ ਤਾਰੀਖ ਹੈ ਕਿ 17 ਜੂਨ ਦਾ ਜਿਹੜਾ ਦਿਨ ਹੈ